ਦੇਖੋ ਪਹਿਲੀ ਗੱਲ ਸਾਡਾ, ਕਿਉਂਕਿ ਅਸੀਂ ਤਾਂ ਪਰਿਵਾਰ ਖਾਤਰ ਅੰਦਰ ਗਿਆ ਸੀ ਸਾਰਾ ਪਰਿਵਾਰ, ਇੱਧਰ ਆਸ਼ੂ ਜੀ ਲੋਕਾਂ ਖਾਤਰ ਕੋਈ ਪਹਿਲੀ ਜੇਲ੍ਹ ਨਹੀਂ, ਇੱਧਰ ਸੰਜੇ ਤਲਵਾਰ ਜੀ ਖੜ੍ਹੇ ਆ ਸਾਡੇ ਪ੍ਰਧਾਨ ਨੇ ਜ਼ਿਲ੍ਹੇ ਦੇ, ਇੱਧਰ ਸਾਡੇ ਸੀਨੀਅਰ ਡਿਪਟੀ ਮੇਅਰ ਰਹੇ ਆ, ਇਹ ਆਪ ਮਲਹੋਤਰਾ ਸਾਹਿਬ ਖੜ੍ਹੇ ਆ, ਅਤੇ ਸਾਡੇ ਲਈ ਜੇਲ੍ਹਾਂ ਇਹ ਤਾਂ ਗੱਲ ਇਹ ਆ ਵੀ ਕਵੀ ਬਾਬੂ ਰੇਲ ਮੇ ਕਵੀ ਜੇਲ੍ਹ ਮੇ, ਇਸ ਕਰਕੇ ਇਹ ਕੋਈ ਵੱਡੀਆਂ ਗੱਲਾਂ ਨਹੀਂ ਲੋਕਾਂ ਦੇ ਲਈ, ਕਿਉਂਕਿ ਲੋਕਾਂ ਦੀ ਆਵਾਜ਼ ਉਠਾਈ ਆ। ਜਿਹੜੇ ਕਾਲੇ ਅੰਗਰੇਜ਼ ਆਏ ਹੋਏ ਆ, ਕਾਲੇ ਗੋਰੇ ਨੇ ਜਿਹੜੇ, ਇਹ ਭਜਾਉਣੇ ਆ ਕਿ ਨਹੀਂ ਭਜਾਉਣੇ, ਇਹਨਾਂ ਖਾਤਰ ਜੇਲ੍ਹਾਂ ਕੱਟਣੀਆਂ ਹੀ ਪੈਂਦੀਆਂ ਏ। ਅਤੇ ਅਸੀਂ ਤਾਂ ਲੋਕਾਂ ਦਾ ਬਜਟ ਦਾ ਜਿਹੜਾ 1,000 ਰੁਪਈਆ ਇਹਨਾਂ ਨੇ ਗਰੰਟੀ ਦਿੱਤੀ ਸੀ, ਗਰੰਟੀ 1,000 ਦੀ, ਉਹ ਕਿੱਥੇ ਆ ਜੀ? 2,500 ਰੁਪਈਆ ਜਿਹੜੀ ਪੈਨਸ਼ਨ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ? ਜਿਹੜੀ ਸ਼ਗਨ ਸਕੀਮ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ? MSP ਚੁਟਕੀ ਮਾਰ ਕੇ ਆਉਣੀ ਸੀ ਉਹ ਕਿੱਥੇ ਆ ਜੀ? ਅਤੇ ਇਹ ਹਰ ਪਾਸੇ ਹਰ ਦਫ਼ਤਰ 'ਚ ਜੋ ਲੁੱਟ ਹੋ ਰਹੀ ਆ, ਚਾਹੇ ਉਹ ਕੋਈ ਮਹਿਕਮਾ ਹੋਏ, ਚਾਹੇ ਪਟਵਾਰੀ ਆਪਣਾ ਕੰਮ ਛੱਡੀ ਬੈਠੇ ਆ, BDO ਤਹਿਸੀਲਦਾਰ ਕਿਤੇ ਹੈ ਹੀ ਨਹੀਂ ਗਏ, ਅਫਸਰ ਨੇ ਜਿਹੜੇ ਉਹ ਬਿਲਕੁਲ ਬਿਲਕੁਲ ਉਹਨਾਂ ਦੇ ਹੱਥ ਕਿਸੇ ਦੀ ਕੋਈ ਲਗਾਮ ਨਹੀਂ, ਕਿਉਂਕਿ ਕਿਸੇ ਦੇ ਪੱਲੇ ਕਿਉਂ ਨਹੀਂ? ਕਿਉਂਕਿ ਸਭ ਕੁਛ ਜਿਹੜਾ ਉਹ ਦਿੱਲੀਓਂ ਚੱਲਦਾ ਹੈ। ਦਿੱਲੀ ਕੇਜਰੀਵਾਲ ਉਹਨਾਂ ਅੱਗੇ ਰੱਖਿਆ ਹੋਇਆ ਇੱਕ ਰਾਗਵ ਚੱਡਾ, ਅਤੇ ਉਹ ਚੱਡਾ ਉਹ ਸਾਰਾ ਕੁਛ ਉਰੇ ਲੁੱਟਦਾ ਮਾਰਦਾ, ਉੱਥੋਂ ਆਰਡਰ ਆਉਂਦੇ ਆ, ਉਰੇ ਨਾ ਕਿਸੇ ਕੈਬਨਿਟ ਦੇ ਕਿਸੇ ਦੇ ਕੁਛ ਪੱਲੇ ਨਹੀਂ ਗਾ। ਸਿਰਫ ਆ ਜੇਲ੍ਹ ਕਿਉਂ, ਜੇਲ੍ਹ ਕਿੱਡੀ, ਇਹ ਗੱਲ ਕੀ ਸੀ ਜੇਲ੍ਹ ਵਾਲੀ? ਮੈਨੂੰ ਇਹ ਦੱਸੋ ਨਾ, ਇਹ ਆਦਤ ਪਈ ਆ ਬਈ ਵਿਜੀਲੈਂਸ ਰਾਹੀਂ ਪੁਲਿਸ ਰਾਹੀਂ ਵੀ ਜਦੋਂ ਵੀ ਲੱਤਾਂ ਕੰਬਦੀਆਂ ਨੇ ਨਾ ਕੇਜਰੀਵਾਲ ਦੀਆਂ, ਤਾਂ ਉਹ ਪੰਜਾਬ ਪੁਲਿਸ ਨੂੰ ਅੱਗੇ ਕਰਦਾ ਨਹੀਂ। ਇਹਨਾਂ 'ਚ ਤੁਹਾਨੂੰ ਯਾਦ ਹੋਣਾ ਇੱਕ BJP ਦਾ ਲੀਡਰ, ਉਹ ਬੱਗਾ ਉਹਨੂੰ ਚੱਕਣ ਗਈ ਸੀ, ਅਤੇ ਦੇਖ ਲਿਆ ਸੀ ਹਰਿਆਣੇ ਪੁਲਿਸ ਨੇ ਕਿਵੇਂ ਖੋਲੇ ਸੀ ਰਾਹ 'ਚ। ਅਤੇ ਇਹ ਐਸੇ ਬੰਦੇ ਆ ਵੀ ਜਿਹੜੇ ਕਿਸਾਨ ਸਾਡਾ ਗੋਲੀ ਮਾਰ ਕੇ ਸਾਡਾ ਨੌਜਵਾਨ ਮਾਰਤਾ, ਕਿੰਨੀਆਂ ਦੀਆਂ ਲੱਤਾਂ ਤੋੜਤੀਆਂ, ਕਿੰਨੇ ਦੀਆਂ ਅੱਖਾਂ ਕੱਢਤੀਆਂ, ਇਹ ਨਾ ਮਰਦਿਆਂ ਤੋਂ ਹਜੇ ਤੱਕ ਇਹਨਾਂ ਤੋਂ ਕਿਸੇ ਖਿਲਾਫ਼ FIR ਦਰਜ ਨਹੀਂ ਹੋਈ, 0 FIR। ਅਤੇ ਸਾਡੇ 'ਤੇ ਅਸੀਂ ਲੋਕਾਂ ਦੀ ਗੱਲ ਕਰਨ ਗਏ ਹਾਂ, ਅਤੇ ਉਹੀ CM ਸਾਹਿਬ ਭਗਵੰਤ ਮਾਨ ਸਾਹਿਬ ਤਾਲਾ ਹੈ ਜਿਹੜਾ ਉਹ ਵਿਧਾਨ ਸਭਾ 'ਚ ਲਈ ਫਿਰਦੇ ਸੀ, ਫਿਰ ਉਹਨਾਂ 'ਤੇ ਕਿਉਂ ਨਾ ਦਰਜ FIR ਹੋਵੇ? ਉਹਨਾਂ ਨੇ ਤਾਂ ਵਿਧਾਨ ਸਭਾ ਨੂੰ ਵੀ ਤਾਲਾ ਲਾਉਣ ਨੂੰ ਕਹਿਤਾ, ਕਿਉਂਕਿ ਕੁਛ ਹੋ ਹੀ ਨਹੀਂ ਰਿਹਾ। ਇਸ ਕਰਕੇ ਇਹ ਤਿਆਰ ਰਹਿਣ, ਇਹ ਹਰ ਇੱਕ ਕਾਂਗਰਸੀ ਉਹ ਜੇਲ੍ਹ ਜਾਣ ਨੂੰ ਕੱਲ੍ਹ ਹਜ਼ਾਰਾਂ ਆਏ ਸੀ, ਫਿਰ ਇਹਨਾਂ ਦੀ ਹਿੰਮਤ ਨਹੀਂ ਪਈ ਵੀ ਕਿਸੇ ਨੂੰ ਇਹ ਜੇਲ੍ਹ ਲਿਜਾ ਸਕਣ 4 ਤੋਂ ਸਿਵਾਏ, ਅਤੇ ਸਾਰੇ ਤਿਆਰ ਬੈਠੇ ਆ। ਅੱਜ ਲੁਧਿਆਣੇ ਦੇਖਿਓ, ਜਾ ਕੇ ਅਗਲੀ ਰਣਨੀਤੀ ਬਣੇਗੀ, ਅਗਲਾ ਸੰਘਰਸ਼ ਜਾਰੀ ਰਹੂਗਾ। ਅਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ, ਉੱਠੋ, ਇਹਨਾਂ ਦੇ ਮੂਹਰੇ ਬਿਲਕੁਲ ਝੁਕੋ ਨਾ। ਜੇ ਦਬਕੇ ਮਾਰਦਾ ਮੈਂ ਫਲਾਨੇ 'ਤੇ ਕੇਸ ਖੋਲ੍ਹ ਦੂੰ, ਫਲਾਨੇ ਦੇ ਉਲਟ ਸਾਡੇ ਕੋਲ ਕਾਗਜ਼ ਨੇ, ਵਿਧਾਨ ਸਭਾ 'ਚ ਜਿਸ ਤਰੀਕੇ ਨਾਲ ਸਾਡੇ MLA ਲੋਕਾਂ ਲਈ ਜੂਝ ਰਹੇ ਆ, ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ, ਅਤੇ ਇਹ ਨਿਰੰਤਰ ਜਾਰੀ ਰਹੂ, ਹਰ ਜ਼ਿਲ੍ਹੇ 'ਚ ਜਾਊਗਾ। ਕਾਂਗਰਸ ਤੋਂ ਕਹਿੰਦੇ ਕਰਜ਼ਾ ਘੜਾ ਕੇ ਗਈ ਆ ਸਾਡੇ, ਅਸੀਂ ਕਰਜ਼ਾ ਉਤਾਰ ਰਹੇ ਹਾਂ ਜਿਹੜਾ। ਓ ਯਾਰ, ਤੁਹਾਡੇ ਕੋਲ ਪੱਲੇ ਹੈ 66,000 ਕਰੋੜ ਰੁਪਈਆ, ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ, ਤੁਸੀਂ ਕਿਹੜੀਆਂ ਗੱਲਾਂ ਕਰੋਗੇ? ਤੁਸੀਂ ਮੁਕਾਬਲਾ ਕਰੋਗੇ ਆਪਣਾ ਕੈਪਟਨ ਅਮਰਿੰਦਰ ਸਿੰਘ ਜੀ ਹੋਣਾ ਨਾਲ? ਤੁਸੀਂ ਮੁਕਾਬਲਾ ਕਾਂਗਰਸ ਨਾਲ ਕਰੋਗੇ? ਇਹ ਦੇਖੋ, ਇਹ ਤਾਂ ਬਿਲਕੁਲ ਹੀ, ਵਾਕਈ ਸਾਨੂੰ ਵੀ ਮਾੜੀ ਮੋਟੀ ਆਸ ਸੀ ਅੱਗੇ, ਪਰ ਬਿਲਕੁਲ ਜਲੂਸ ਨਿਕਲ ਗਿਆ, ਡਰਾਮਾ ਮੜ ਗਿਆ। ਅੱਜ ਉਹ ਜ਼ਿਲ੍ਹਿਆਂ ਦੀ ਹਾਲਤ ਆ, ਜਿਹੜਾ ਵੀ ਕੋਈ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕਿਸੇ ਨਾਂ ਦੀ ਟੋਟਲ ਡਿਫੰਕ ਹੋ ਗਈ ਆ, ਕੋਈ ਫੈਸਲਾ ਨਹੀਂ, ਮੰਤਰੀਆਂ ਦੀ ਕੋਈ ਹਿੰਮਤ ਹੀ ਹੈ ਨਹੀਂ ਵੀ ਉਹਨਾਂ ਦੀ ਕੋਈ ਅਫਸਰ ਵੀ ਮੰਗ ਲਏ। ਅਤੇ ਤੁਸੀਂ ਲੈਂਗੁਏਜ ਕਦੇ ਸੋਚੀ ਯਾਰ?
ਅਸੀਂ ਵੀ ਸਾਰੇ ਮੰਤਰੀ MLA ਰਹੇ ਹਾਂ, ਤਿੰਨ ਤਿੰਨ ਵਾਰ ਪਾਰਲੀਮੈਂਟ ਚਲੇਂਗੇ, ਜਿਹੜਾ ਕੁਛ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਵਿਧਾਨ ਸਭਾ 'ਚ, ਉਹ ਲੋਕ ਦੇਖ ਕੇ ਕੀ ਕਹਿੰਦੇ ਹੋਣਗੇ ਵੀ ਇਹ ਪੰਜਾਬ ਕਿੱਧਰ ਨੂੰ ਜਾ ਰਿਹਾ? ਰੋਜ਼ ਹੀ ਹੋ ਰਿਹਾ ਹੰਗਾਮਾ, ਅੱਜ ਵੀ ਕੋਰਟ ਸਾਹਿਬ ਬੈਠੇ ਨੇ, ਧਮਕੀ ਦਿੱਤੀ ਹੈ ਜੀ, ਕਿਸ ਤਰ੍ਹਾਂ ਦੇਖਦੇ ਹੋ ਪੱਤਰਕਾਰ ਨੂੰ ਧਮਕੀ ਦੇਣਾ ਪ੍ਰਧਾਨ ਮੰਤਰੀ ਵੱਲੋਂ? ਦੇਖੋ ਇਹ ਪਠਾਨ ਪਤਾ ਨਹੀਂ ਕਿਸ ਤਰ੍ਹਾਂ ਦਾ ਪਠਾਨ ਆ, ਪਠਾਨ ਤਾਂ ਇਹ ਕੋਈ ਪਤਾ ਨਹੀਂ ਕਿਸ ਇਹ ਕਿਸੇ ਹੋਰ ਕਿਸੇ ਮਾੜੇ ਮੁਗਲ ਉਹ 'ਚ ਹੋਊਗਾ, ਪਰ ਪਠਾਨ ਨਹੀਂ ਹੋ ਸਕਦਾ ਇਹ। ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਇਹ ਤਿੰਨ ਚਾਰ ਬਹੁਤ ਚਾਂਬਲੇ ਹੋਏ ਆ, ਉਹ 'ਚੋਂ ਇੱਕ ਇਹ ਵੀ ਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹਨਾਂ ਦਾ ਕੱਦ ਨਹੀਂ ਗਾ, ਪਰ ਇਹ ਯਾਦ ਰੱਖਿਓ ਮੇਰੀ ਗੱਲ, ਅੱਜ ਮੈਂ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ, ਇਹ ਮੰਤਰੀਆਂ ਨੇ ਜਿੰਨਾ ਇਹਨਾਂ ਨੇ ਸਾਰੇ ਸਾਈਨ ਕਰਾ ਕਰਕੇ ਸਭ ਕੁਛ ਦਿੱਲੀ ਫੜਾਏ ਹੋਏ ਆਪਣੇ, ਅਤੇ ਉੱਥੋਂ ਜਿੰਨੀ ਲੁੱਟ ਇਹਨਾਂ ਦੇ ਮਹਿਕਮਿਆਂ 'ਚ ਹੋ ਰਹੀ ਹੈ, ਤਿੰਨ ਚਾਰ ਜਾਂ ਪੱਪੇਟ ਮੰਤਰੀ ਰੱਖੇ ਹੋਏ ਆ ਜਿਹੜੇ ਜੇਬ 'ਚ ਪਾਏ ਹੋਏ ਆ, ਅਤੇ ਤੁਸੀਂ ਇਹਨਾਂ ਦਾ ਹਾਲ ਦੇਖਿਓ ਵੀ ਸਕੈਂਡਲ ਕਿੱਡੇ ਕਿੱਡੇ ਨਿਕਲਣਗੇ, ਖਾਸ ਤੌਰ 'ਤੇ ਆ ਪਠਾਨ ਮਾਜਰੇ ਦੀ ਗੱਲ ਕਰ ਲਓ, ਹੋਰਾਂ ਦੀ ਗੱਲ ਕਰ ਲਓ, ਇਹ ਜੌੜਾ ਮਾਜਰਾ ਦੀ ਗੱਲ ਕਰ ਲਓ, ਤੀਜੇ ਮਾਜਰੇ ਦੀ ਗੱਲ ਕਰ ਲਓ, ਇਹ ਸਭ ਚਾਹੇ ਕਿਸੇ ਮੰਤਰੀ ਦੀ ਗੱਲ ਕਰ ਲਓ, ਬਲਕਾਰ ਸਿੰਘ ਦੀ ਕਰ ਲਓ, ਕਿਸੇ ਦੀ ਕਰ ਲਓ, ਪਰ ਇਹ ਪਹਿਲਾ ਪਿੱਲਰ ਸਿਆਸਤ ਦਾ, ਉਹਨਾਂ ਨੂੰ ਇਹ ਜੇਲ੍ਹਾਂ 'ਚ ਸਿੱਟਣ ਲੱਗੇ ਆ। ਹੁਣ ਇਹ ਮੀਡੀਆ 'ਚ ਜਿਹੜਾ ਮੀਡੀਆ ਵਾਲਾ ਕੋਈ ਗੱਲ ਦਿਖਾ ਦੇਵੇ ਇਹਨਾਂ ਦੇ ਉਲਟ, ਇਹਨਾਂ ਤੋਂ ਸਹਿਣ ਨਹੀਂ ਹੁੰਦੀ। ਇਹ ਕਹਿੰਦੇ ਆ ਉਹ ਭਾਈ ਇੱਕ ਦੋ ਚੈਨਲ ਤੁਸੀਂ ਖਰੀਦ ਸਕਦੇ ਹੋ, ਚੈਨਲਾਂ ਦੇ ਮਾਲਕ ਖਰੀਦ ਸਕਦੇ ਹੋ, ਪਰ ਪੱਤਰਕਾਰ ਨੂੰ ਕਿਵੇਂ ਖਰੀਦੋਗੇ? ਪੱਤਰਕਾਰ ਜਿਹੜੇ ਨੇ ਉਹ ਪੰਜਾਬ ਦੇ ਨੇ, ਪੰਜਾਬ ਦਾ ਦਰਦ ਜਾਣਦੇ ਆ, ਤੁਸੀਂ ਪੱਤਰਕਾਰ ਅਤੇ ਪੱਤਰਕਾਰੀ ਤਾਂ ਨਹੀਂ ਖਰੀਦ ਸਕਦੇ। ਚੈਨਲਾਂ ਨੂੰ ਜ਼ਰੂਰ ਤੁਸੀਂ ਕਿਸੇ ਨੂੰ ਐਡਾਂ ਦੇ ਸਕਦੇ ਹੋ, ਕੁਛ ਹੋਰ ਦੇ ਸਕਦੇ ਹੋ, ਪਰ ਪੱਤਰਕਾਰਾਂ ਨੂੰ ਨਹੀਂ ਤੁਸੀਂ ਖਰੀਦ ਸਕੋਗੇ। ਬਿਲਕੁਲ ਬਿੱਟੂ ਜੀ, ਕੇਜਰੀਵਾਲ ਨੂੰ 8 ਸੰਮਨ ਨੇ ਜਿਹੜੇ ED ਵੱਲੋਂ ਜਾਰੀ ਕੀਤੇ ਗਏ ਨੇ, ਹੁਣ 9ਵੇਂ ਸੰਮਨ ਦੀ ਕਰੇ ਸੰਮਨ ਤਾਂ ਸਾਹਮਣਾ ਤਾਂ ਫਿਰ ਆ ਸਾਨੂੰ ਨੌਨ ਅਵੇਲੇਬਲ ਵਾਰੰਟ ਕਹੇ, ਅਸੀਂ ਕਿਹਾ ਆ ਜਾਓ, ਆ ਗਏ ਹਿੱਕ 'ਚ ਵੱਜੇ ਜਾ ਕੇ ਭੇਜ ਜੇਲ੍ਹ, ਜੇਲ੍ਹ ਕੀ ਹੋ ਗਿਆ, ਬਾਹਰ ਆ ਗਏ। ਉਹ ਡਰਦਾ ਕਿਉਂ ਭੱਜਦਾ ਏ? ਜੇ ਉਹ 'ਚ ਮਾੜਾ ਜੀ ਵੀ ਜਾਨ ਆ ਉਹਦੇ ਖੁੱਚਾਂ 'ਚ, ਜੇ ਉਹ ਕਹਿੰਦਾ ਮੈਂ ਇਮਾਨਦਾਰ ਹਾਂ, ਮੈਂ ਬਦਲਾ ਲਿਆਉਣਾ, ਕੱਟਰ ਇਮਾਨਦਾਰ ਆ, ਇਹ ਜਿਹੜਾ ਭੱਜ ਰਿਹਾ ਇੱਥੋਂ ਪਤਾ ਲੱਗਦਾ ਪੱਕਾ ਬੇਈਮਾਨ ਆ, ਪੱਕਾ ਬੇਈਮਾਨ। ਉਹ ਦੂਜਾ ਚੱਡਾ ਜਾ ਵੀ ਕਿਤੇ ਬਾਹਰ ਭੱਜ ਗਿਆ, ਅਤੇ ਇਸੇ ਤਰੀਕੇ ਨਾਲ ਕੇਜਰੀਵਾਲ ਭੱਜਿਆ ਫਿਰਦਾ ਕਦੇ CBI ਤੋਂ, ਕਦੇ ED ਤੋਂ। ਜਿਹੜਾ ਇਮਾਨਦਾਰ ਆ ਉਹਨੂੰ ਕੀ ਕਰ ਲੂਗਾ? ਕਿੱਥੋਂ ਕੋਈ 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 ਐਸੀ ਕਿਹੜੀ ਚੀਜ਼ ਆ ਜਿਹੜੀ ਉਹਦੇ ਉੱਤੇ ਪੈ ਜੂਗੀ? ਜੇ ਇਮਾਨਦਾਰ ਆ ਕੋਈ ਪਰੂਫ ਕੋਰਟ 'ਚ ਦੇਣਾ ਪਊ ਨਾ। ਹੁਣ ਸਾਡੇ 'ਤੇ ਪਰਚਾ ਕੀਤਾ, ਜੱਜ ਨੇ ਬੇਲ ਕਰਤੀ, ਉਹਨੂੰ ਪਤਾ ਹੈ ਵੀ ਇਹ ਜਾਲੀ ਆ, ਇਹਨਾਂ ਨੇ ਸਿਰਫ ਇਹ ਵੈਂਡੇਟਾ ਕੀਤਾ ਹੈ, ਸਿਰਫ ਵੀ ਇਹ ਓਪੋਜੀਸ਼ਨ ਦੀ ਆਵਾਜ਼, ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ। ਆ ਦੂਜੇ ਦਿਨ ਬਾਹਰ ਆ ਗਏ, ਫਿਰ ਹੁਣ ਅੰਦਰ ਕਰ ਲਈ, ਫਿਰ ਕੋਰਟ ਛੱਡ ਦੂਗਾ। ਜਿੰਨੀਆਂ ਵੀ ਕਾਂਗਰਸੀ ਆਗੂਆਂ 'ਤੇ ਕਾਰਵਾਈਆਂ ਕੀਤੀਆਂ ਨੇ ਵਿਜੀਲੈਂਸ ਦੇ ਥਰੂ, ਕਿੰਨੀਆਂ ਕੁ ਜਾਇਜ਼ ਮੰਨਦੇ ਹੋ? ਨਾਲ ਹੀ ਆ ਸਾਧੂ ਸਿੰਘ ਧਰਮਸੋਤ ਜੀ ਆ ਨਾ ਅੰਦਰ ਹੀ ਬੈਠੇ ਆ, ਕੀ ਸੀ ਉਹਨਾਂ ਨੇ ਕੀਤਾ, ਕੀ ਉਹਨਾਂ 'ਤੇ ਸਾਬਤ ਹੋਇਆ ਅੱਜ ਤੱਕ? ਇਸੇ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਵੀ ਸਾਡੇ ਨਾਲ ਖੜ੍ਹੇ, ਅੱਜ 7 ਮਹੀਨੇ ਹੋ ਗਏ ਜੇਲ੍ਹਾਂ ਨੂੰ, ਜੇਲ੍ਹ 7 ਮਹੀਨੇ ਕੱਟੇ ਆ, ਅੱਜ ਫੇਰ ਆ ਗਏ। ਐਂ ਕਿਤੇ ਕੋਈ ਡਰ ਜਾਂਦਾ ਏ? ਐਂ ਕਿਤੇ ਕੋਈ ਹਟ ਜੂਗਾ ਪਿੱਛੇ? ਇਸੇ ਤਰੀਕੇ ਨਾਲ ਸੋਨੀ ਜੀ ਅੰਦਰ ਕੀਤੇ, ਇਸੇ ਤਰੀਕੇ ਨਾਲ ਸ਼ਾਮ ਸੁੰਦਰ ਅਰੋੜਾ ਜੀ ਕੀਤੇ, ਇਹ ਤਾਂ ਟੋਟਲ ਕਿਸੇ ਦੇ ਵਿਰੁੱਧ ਕੋਈ ਸਾਬਤ ਤਾਂ ਹੋਇਆ? ਮੈਂ ਆਪ ਮੰਨ ਲੈਂਦਾ ਇੱਥੇ ਹੀ ਖਹਿਰਾ ਸਾਹਿਬ ਆ ਸਾਡੇ ਵੀ, ਅਸੀਂ ਵੀ ਦੇਖੋ ਇਹ ਕਿੰਨੇ ਘਟੀਆ ਪੱਧਰ ਦੇ ਬੰਦੇ ਆ। ਜਿੱਥੇ ਅਸੀਂ ਠਹਿਰੇ ਉਹੀ ਬੈਰਿਕ ਜਿੱਥੇ ਕੈਮਰੇ ਲਵਾਏ ਹੋਏ ਆ ਸਰਕਾਰ ਨੇ, ਉਹੀ ਕਮਰਿਆਂ 'ਚ ਜਾਣ ਕੇ ਸਾਨੂੰ ਬੰਦ ਕੀਤਾ ਜਿੱਥੇ ਕੈਮਰੇ ਲੱਗੇ ਹੋਏ ਆ, ਵੀ ਉਹ ਇਹਨਾਂ ਨੂੰ ਕੀ ਆਨੰਦ ਆਉਂਦਾ, ਕੀ ਮਜ਼ਾ ਆਉਂਦਾ ਵੀ ਉਹ ਬਾਥਰੂਮਾਂ ਤੱਕ ਜਾਂ ਹੋਰ ਜਗ੍ਹਾ ਤੱਕ ਜਿਹੜੇ ਇਸ ਜੇਲ੍ਹ 'ਚ ਕੈਮਰੇ ਲਿਆਉਂਦੇ, ਇਸੇ ਕਰਕੇ ਇੱਥੇ ਲਿਆਉਂਦੇ ਆ। ਹੁਕਮ ਦਿੰਦੇ ਆ ਪਹਿਲਾਂ ਲੁਧਿਆਣੇ ਲੈ ਗਏ, ਲੁਧਿਆਣਿਓਂ ਫਿਰ ਜਾਣ ਕੇ ਇਸ ਕਮਰੇ 'ਚ ਚੇਂਜ ਕੀਤਾ ਜਿੱਥੇ ਕੈਮਰੇ ਲਵਾਏ ਹੋਏ ਆ। ਇਹ ਕੈਮਰੇ ਕਿਹਦੇ ਕੋਲ? ਕੇਜਰੀਵਾਲ ਕੋਲ ਲੱਗੇ ਹੋਏ ਆ ਜਾਂ ਇਹ ਕਿਹਦੇ ਕੋਲ ਲੱਗੇ ਹੋਏ ਆ?
ਇਹਦਾ ਜਿਹੜਾ ਮੋਨੀਟਰ ਕਿੱਥੇ ਕਰਦੇ ਆ, ਇਹ ਵੀ ਬਹੁਤ ਵੱਡਾ ਵਿਸ਼ਾ ਹੈ ਅੱਗੇ ਇਨਕੁਆਇਰੀ ਕਰਨ ਦਾ, ਇਹ ਕੋਰਟ 'ਚ ਜਾਣ ਦੀ ਆ ਵੀ ਇਹ ਕੀ ਕਰਦੇ ਆ ਬਜਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਈ? ਅਸੀਂ ਤਾਂ ਅੰਦਰ ਆ ਗਏ ਹਾਂ, ਪਰ ਜੋ ਪਤਾ ਲੱਗਿਆ ਵੀ ਬਿਲਕੁਲ ਪੀਪਾ ਦਾਣਿਆਂ ਦਾ ਖਾਲੀ ਪਿਆ ਹੈ, ਖੜਕ ਰਿਹਾ ਡਮਰੂ ਵਾਂਗੂ ਖੜਕ ਰਿਹਾ ਇਹਨਾਂ ਦਾ ਬਜਟ, ਕਿਉਂਕਿ ਯਾਰ ਕਿਸੇ ਨੂੰ ਪਤਾ ਤਾਂ ਹੋਵੇ, ਇਹਨਾਂ ਨੂੰ ਤਾਂ ਬਜਟ ਦੇ ਸਪੈਲਿੰਗ ਨਹੀਂ ਆਉਂਦੇ, ਇਹ ਗੱਲਾਂ ਬਜਟ ਬਣਾਉਣ ਜੋਗੇ ਨੇ ਇਹ। ਇੱਕ ਜਿਹੜਾ ਡਰੱਗਸ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਗਾ ਵੀ ਜਿਹੜਾ ਹੈਗਾ ਤੁਸੀਂ ਹਿਮਾਚਲ ਤੋਂ ਤਰਹੀ ਲਓ, ਪੰਜਾਬ ਪੁਲਿਸ ਨੂੰ DGP ਨੂੰ ਕਿਹਾ ਵੀ ਤੁਸੀਂ ਕਲਾਸਾਂ ਲਓ, 15 ਦਿਨ ਵਿੱਚ ਜਵਾਬ ਮੰਗਿਆ ਜਿਹੜਾ ਤੁਸੀਂ ਕੰਟਰੋਲ ਨਹੀਂ ਹੋਇਆ ਤੁਹਾਡੇ। ਦੇਖੋ ਮੈਂ ਕੋਰਟ ਬਾਰੇ ਤਾਂ ਕੁਛ ਨਹੀਂ ਕਹਿ ਸਕਦਾ, ਪਰ ਪੰਜਾਬ ਪੁਲਿਸ ਸਾਡੀ ਬੜੀ ਬਹਾਦਰ ਪੁਲਿਸ ਆ, ਗੱਲ ਤਾਂ ਚਲਾਉਣ ਵਾਲਿਆਂ ਦੀ ਆ, ਉਹ ਠੱਗ ਚੋਰ ਰਲੇ ਹੋਏ ਆ, ਉਹ ਇਹ ਕੰਮ ਕਰ ਰਹੇ ਆ, ਜਿਹੜੇ ਆਕਾ ਬਣੇ ਹੋਏ ਨੇ ਉਹਨਾਂ 'ਤੇ ਨਿਗਾਹ ਰੱਖਣੀ ਚਾਹੀਦੀ ਆ, ਕੋਰਟ ਨੂੰ ਵੀ ਉਹਨਾਂ ਵੱਲ ਨੂੰ ਦੇਖਣਾ ਚਾਹੀਦਾ ਜਿਹੜੇ ਇਹਨਾਂ ਨੂੰ ਆਰਡਰ ਕਰਦੇ, ਜਿਹੜੇ ਇਹਨਾਂ ਨੂੰ ਚਲਾਉਂਦੇ ਆ। ਪੁਲਿਸ ਤਾਂ ਉਹੀ ਆ ਜਿਹਨੇ ਟੈਰਰਿਜ਼ਮ ਖਤਮ ਕੀਤਾ, ਜਿਹਨੇ ਪੁਲਿਸ ਨੇ ਤਾਂ ਪੰਜਾਬ ਬਿੱਟੂ ਹੀ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ, ਜਿਹੜੇ ਪਹਿਲੀ ਗੱਲ ਕਹੀ ਸੀ ਮਹਾਰਾਜ ਦੀ ਬੇਅਦਬੀ ਵਾਲੇ ਕੋਈ ਵੀ ਹੋਏ ਅੰਦਰ ਦਬਾ ਲੈ, ਬਿਲਕੁਲ ਬਿਲਕੁਲ ਹਲ ਤੱਕ ਕੁਛ ਨਹੀਂ ਹੋਇਆ। ਨਹੀਂ ਨਹੀਂ ਹੁਣ ਤਾਂ ਆਪ ਤੇ ਆ ਗਈ ਉਹੀ ਗੱਲ, ਹਾਂਜੀ, ਜੇ ਨਾ ਉੱਥੇ ਬਾਦਲ ਸਾਹਿਬ ਨੂੰ ਨਾ ਕਿਸੇ ਜਿਹੜਾ ਡਿਪਟੀ CM ਸੀ ਜਿਹਨਾਂ ਕੋਲ ਹੋਮ ਮੈਕ ਸੁਖਬੀਰ ਸਿੰਘ ਬਾਦਲ ਨੂੰ, ਹੁਣ ਇਹਨਾਂ 'ਤੇ ਕਿਉਂ ਪਰਚਾ ਨਾ ਦਰਜ ਹੋਵੇ ਬਈ? ਜਿਹੜੇ ਖੱਟਰ ਹੋਣੀ ਨੇ ਜਾਂ ਉਹਨਾਂ ਦਾ ਹੋਮ ਮਿਨਿਸਟਰ ਹੈ ਵਿੱਚ, ਉਹ 'ਤੇ ਕਿਉਂ ਨਾ ਪਰਚਾ ਦਰਜ ਹੋਵੇ ਹੁਣ? ਪਰ ਇਹ ਟੋਟਲ ਸਟੰਟ, ਲੱਤਾਂ 'ਚ ਜਾਨ ਹੀ ਹੈ ਨਹੀਂ ਗੀ, ਲੱਤਾਂ 'ਚ ਜਾਨ ਹੀ ਹੈ ਨਹੀਂ ਗੀ ਇਹਨਾਂ ਦੀ ਸਰਕਾਰ 'ਚ ਵੀ ਇਹ ਕਿਸੇ ਮਜੀਠੀਏ ਨੂੰ ਕਿਸੇ ਬਾਦਲ ਵੱਲ ਜਾਂ ਕਿਸੇ ਵਾਲੇ ਝਾਕ ਸਕਣ, ਉਹ ਤਿਲਾਂ 'ਚ ਉਹ ਤੇਲ ਹੀ ਹੈ ਨਹੀਂ। All World Open Challenge 17 time gold medalist RK Tantrik Pandit Maulvi Begum Tantrik ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਨਬਨ ਵਿਦੇਸ਼ 'ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 RK Tantrik ਮੋਬਾਈਲ 95178-55093-7105-98-475 ਪਤਾ ਪੰਜਾਬ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।